ਜਦੋਂ ਗੱਲ ਹੁੰਦੀਆਂ ਦੇ ਰਸੂਲਾਂ ਨੇ ਸਾਨੂੰ ਛੁਡਾ ਲੈਣਾ ਹੈ, ਫਲਾਣੇ ਵਲੀ ਨੇ ਸਿਫਾਰਿਸ਼ ਕਰਨੀ, ਸ਼ਫੀ ਔਰ ਸਿਫਾਰਸ਼ੀਆਂ 'ਤੇ ਬੈਠੇ ਹੈ। ਇਸ ਮਸਲੇ ਨੇ ਉਮਤਾਂ ਦੀ ਐਡੀ ਜੜ ਵੱਡੀ ਹੈ ਵੀ ਨਬੀਆਂ ਦਾ ਸਾਰਾ ਕੀਤਾ ਕਿਰਾਇਆ ਬਰਬਾਦ ਹੋ ਗਿਆ। ਇਸ 'ਤੇ ਮੌਲਵੀ ਹਜ਼ਰਾਤ ਕੁਰਾਨ ਵੱਲ ਨਹੀਂ ਆਉਂਦੇ, ਰਵਾਇਤਾਂ ਸੁਣਾਉਂਦੇ ਰਹਿੰਦੇ, ਸਿਫਾਤ ਹੋਣੀ ਹੈ, ਫਲਾਣੇ ਨੇ ਇੰਨੇ ਬਖਸ਼ਵਾ ਲੈਣੇ। ਅੱਲਾਹ ਦਾ ਕਲਾਮ ਦਵਾਈ ਦੇ ਰਿਹਾ ਕਿ ਬੰਦੇ ਉਹ ਖੁਦਾ ਦਿਓ ਜੋ ਕਰਕੇ ਜਾਓਗੇ ਭੁਗਤਣਾ। ਅੱਲਾਹ ਨੇ ਅਧਾਰਤ ਕਰਨੀ ਕਿ ਬਖੇੜ ਹੋਣੀ ਹੈ, ਫੈਸਲਾ ਜੋ ਮੁੜ ਕੇ ਡਿਸੀਜਨ ਜਿਹੜਾ ਕੈਂਸਲ ਹਜ਼ੂਰ ਨੇ ਕਰਵਾ ਦੇਣਾ। ਇਹ ਥੋੜ੍ਹੇ ਦਿਨ ਮੇਰੇ ਸਾਥੀ ਨਜ਼ਮੀ ਦੱਸੇ ਵੀ ਦੋ ਖੁਤਬੇ ਦਿੱਤੇ, ਬੜੇ ਖੁਸ਼ ਹੋ ਕੇ ਸੁਣਾ, ਉਹਦੀ ਕਾਦਰੀ ਸਾਹਿਬ ਨੇ ਕਮਾਲ ਕਰਤੀ, ਮਕਾਮੇ ਮੈਂ ਸੱਜੇ ਪਾਸੇ ਹਜ਼ੂਰ ਬੈਠੇ ਹੋਣੇ, ਫੈਸਲੇ ਰੱਬ ਨੇ ਕਰਨੇ, ਭੇਜੋ ਜਨਮ ਨੂੰ ਨਾ ਕਿਹੜੀ ਦੋ ਦਸ ਜਨਮ ਨੂੰ ਭੇਜਦਾ, ਛੱਡ ਗੱਲ ਮੁੱਕ ਜਾਣੀ ਹੈ। ਬਖੇੜ ਕੁਰਾਨ ਬਦਮਾਸ਼ਾਂ ਨੂੰ ਛੁੱਟੀਆਂ ਦੇਣ ਵਾਲੀਆਂ ਗੱਲਾਂ ਸੁਣ ਲਓ, ਕੁਰਾਨ ਕੀ ਆਉਂਦਾ ਵਯਾਮਤ ਖੁਮ ਸਾਤ ਯੁਬਲੇ ਸਰ ਮਜਰੇ ਮੋਣ। ਜਿਸ ਦਿਨ ਕਿਆਮਤ ਦਾ ਇਹ ਅਦਾਲਤ ਕਾਇਮ ਹੋਈ, ਜਿਹੜੇ ਲੋਕ ਜੁਰਮ ਕਰਨ ਵਾਲੇ ਆ, ਜਰਾਇਮ ਪੇਸ਼ਾ ਲੋਕ ਇੱਥੇ ਬਦਮਾਸ਼ੀਆਂ ਕਰਦੇ, ਉਸ ਦਿਨ ਹੱਕੇ ਬੱਕੇ ਰਹਿ ਜਾਣਗੇ, ਮਾਯੂਸ ਹੋ ਜਾਣਗੇ, ਭੱਜਣ ਨੂੰ ਰਾਹ ਕੋਈ ਨਾ ਲੱਭੂਗਾ, ਆਸਾਂ ਖਤਮ ਹੋ ਜਾਣਗੀਆਂ। ਉੱਥੇ ਪਤਾ ਲੱਗੂ ਵੀ ਨਾ ਹੁਣ ਕੋਈ ਜੱਥਾ ਕੰਮ ਦਿੰਦਾ, ਨਾ ਦੌਲਤ ਦਿੰਦੀ, ਨਾ ਰਿਸ਼ਤੇਦਾਰ ਦੇ, ਨਾ ਉਹ ਹੀ ਆਉਂਦੇ ਬਜ਼ੁਰਗ,